एक नर्सरी आ पत्तों की, जिदा मैं नंबर भी देता, नाम भी देता। एक पिंड दे विच वा जिदा एड्रैस थंबनेल दे विच सारा मैं लिखिया होगा, वो पढ़ लेना। ये खुद इत्थे बूटे बनाउंदे आ, एक पिंड दे विच हैगी आ। जिन्ने भी रोड ते नर्सरियां ना, ये पौधे पिछों लै के ते ये बेचदे आ। ਜਿਹਨਾਂ ਦੋਸਤਾਂ ਨੂੰ ਪੌਦੇ ਚਾਹੀਦੇ ਆ, ਬਾਗ ਲਾਉਣਾ ਵਾ ਕਿਸੇ ਚੀਜ਼ ਦਾ ਵੀ, ਖਜੂਰਾਂ ਦਾ, ਮਾਲਟਿਆਂ ਦਾ, ਕਿਨੂਆਂ ਦਾ, ਅਮਰੂਦਾਂ ਦਾ, ਅੰਬਾਂ ਦਾ, ਉਹ ਇਸ ਇਹਨਾਂ ਨਾਲ ਰਾਬਤਾ ਜ਼ਰੂਰ ਕਰੋ। ਇਹ ਬਹੁਤ ਸਸਤੇ, ਅੱਧੇ ਨੂੰ ਅੱਧਾ ਅੱਧੇ ਨੂੰ ਜ਼ਿਆਦਾ ਕੀਮਤ ਘੱਟ ਵਾ ਦੋਸਤੋ। ਇਹ ਮੈਂ ਜਿੱਥੇ ਵੀ ਚੀਜ਼ ਸਸਤੀ ਤੋਂ ਸਸਤੀ ਮਿਲਦੀ ਆ, ਉਹ ਤੁਹਾਡੇ ਦੇ ਲੈ ਕੇ ਪਤਾ ਕਰਕੇ ਸਾਰਾ ਤੁਹਾਨੂੰ ਦੱਸਦਾ, ਵੀਡੀਓ ਬਣਾਉਂਦਾ ਵਾਂ। ਅਤੇ ਦੋਸਤੋ, ਇਹਨਾਂ ਵੀਡੀਓ ਤੋਂ ਫਾਇਦਾ ਉਠਾਓ। ਹੁਣ ਹੈਗਾ ਵਾ ਮੌਸਮ ਬਹਾਰ ਸ਼ੁਰੂ ਹੋਣੇ ਵਾਲਾ, ਅਤੇ ਇਹ ਮੌਸਮ ਬਹਾਰ ਦੇ ਵਿੱਚ ਪੌਦੇ ਹੁਣ ਲੱਗਦੇ ਆ, ਬੂਟੇ ਲੱਗਦੇ ਆ। ਨਰਸਰੀ ਵਾਲੇ ਨੂੰ ਕਿਸੇ ਨੂੰ ਪੌਦਾ ਚਾਹੀਦੇ ਹੋਣ, ਜਾਂ ਕਿਸੇ ਨੂੰ ਪੌਦੇ ਚਾਹੀਦੇ ਹੋਣ ਸਵੈਟਰੀ ਬਣਾਉਣ ਵਾਲਿਆਂ ਨੂੰ, ਜਾਂ ਕਿਸੇ ਪੌਦੇ ਚਾਹੀਦੇ ਹੋਣ ਬਾਗ ਲਾਉਣ ਵਾਲਿਆਂ ਨੂੰ, ਇਹ ਹਰ ਤਰ੍ਹਾਂ ਦਾ ਪੌਦਾ ਇਹਨਾਂ ਕੋਲ ਲੈ ਸਕਦੇ ਹੋ ਤੁਸੀਂ। ਇਹਨਾਂ ਦਾ ਆਹ ਨੰਬਰ ਦਿੱਤਾ ਆ, ਇਹ ਨੰਬਰ 'ਤੇ ਰਾਬਤਾ ਕਰਕੇ ਪਹਿਲਾਂ ਰਾਬਤਾ ਕਰ ਲਓ, ਫਿਰ ਪਤਾ ਕਰਕੇ ਅਤੇ ਦੇਖ ਲਓ ਪਿੰਡ, ਕਿਉਂਕਿ ਜਿੰਨੇ ਵੀ ਪੱਤੋ ਕੇ ਨਰਸਰੀਆਂ ਵਾ ਉਹ ਰੋਡ ਦੇ ਉੱਤੇ ਆ। ਜਿਹੜੀਆਂ ਰੋਡ ਦੇ ਉੱਤੇ ਆ ਉਹਨਾਂ ਦੇ ਘੱਟ ਹੀ ਹੈਗੀਆਂ ਵਾ ਆਪਣੀਆਂ ਵਾ ਪਿੱਛੇ, ਉਹ ਇਹਨਾਂ ਨੇ ਆਪਣੀਆਂ ਨਰਸਰੀਆਂ ਪਿੱਛੇ ਬਣਾਈਆਂ ਹੋਈਆਂ ਜਿਹੜੇ ਪਿੰਡਾਂ ਦੇ ਵਿੱਚ ਆ, ਉਹਨਾਂ ਦੇ ਕਾਫੀ ਬੜਬੜੀਆਂ ਨਰਸਰੀਆਂ ਹੈਗੀਆਂ ਵਾ, ਜਿਨ੍ਹਾਂ ਦੇ ਕਿੱਲਿਆਂ ਦੇ ਹਿਸਾਬ ਨਾਲ ਲਾਏ ਹੋਏ ਆ ਪਨੀਰੀਆਂ। ਤੋ ਇਹਨਾਂ ਕੋਲ ਰਾਬਤਾ ਕਰਕੇ ਕੋਈ ਵੀ ਦੋਸਤ ਜਿਹਨੂੰ ਵੀ ਇੱਦਾਂ ਦੇ ਚਾਹੀਦੇ ਹੋਣ ਬੂਟੇ, ਉਹ ਇਹਨਾਂ ਨਾਲ ਰਾਬਤਾ ਕਰ ਸਕਦਾ। ਇਹ ਬਹੁਤ ਅੱਛੇ ਲੋਕ ਆ, ਬਹੁਤ ਅੱਛੇ। ਮੈਂ ਥੋੜ੍ਹਾ ਜਿਹਾ ਪਤਾ ਕੀਤਾ ਸੀਗਾ, ਤਾਂ ਉਹ ਮੈਨੂੰ ਇਹਨਾਂ ਦਾ ਨੰਬਰ ਇੱਦਾਂ ਦਾ ਲੱਭਿਆ, ਅਤੇ ਮੈਂ ਫਿਰ ਪੁੱਛਿਆ, ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਵਾ। ਅਤੇ ਇਹ ਬਹੁਤ ਬਿਹਤਰੀਨ ਆ। ਮੇਰੇ ਇੱਕ ਦੋਸਤ ਸਵੈਟਰੀ ਵਾਲੇ ਆ, ਉਹਨਾਂ ਨੂੰ ਮੈਂ ਨੰਬਰ ਦਿੱਤਾ ਵਾ ਇਹਦਾ। ਅਤੇ ਇਹਨਾਂ ਨੂੰ ਕੋਈ ਡੈਕੋਰੇਸ਼ਨ ਵਾਲੇ ਜਿਹੜੇ ਪੌਦੇ ਆ ਉਹ ਵੀ ਇਹਨਾਂ ਕੋਲ ਹੈਗੇ ਆ, ਅਤੇ ਦੂਸਰੇ ਜਿਹੜੇ ਪੌਦੇ ਆ ਫਲ ਵਾਲੇ ਆ ਉਹ ਵੀ ਇਹਨਾਂ ਕੋਲ ਹੈਗੇ ਆ। ਇਹਨਾਂ ਕਿਉਂਕਿ ਇਹਨਾਂ ਨੇ ਦੂਸਰਿਆਂ ਨਰਸਰੀਆਂ ਵਾਲੇ ਇਹਨਾਂ ਕੋਲ ਲੈ ਕੇ ਜਾਂਦੇ ਆ ਪੌਦੇ, ਇਹ ਦੂਸਰਿਆਂ ਨੂੰ ਦਿੰਦੇ ਆ ਸਸਤੇ, ਬਹੁਤ ਹੀ ਸਸਤੇ ਆ, ਥੋੜ੍ਹੇ ਜਿਹੇ ਵੀ ਸਸਤੇ ਨੇ, ਬਹੁਤ ਹੀ ਸਸਤੇ। ਇੱਥੋਂ ਟਰੱਕ ਲੋਡ ਹੁੰਦੇ ਆ, ਟਰੱਕ ਲੋਡ ਹੋ ਕੇ ਉਹ ਆਪਣੇ ਦੂਸਰੇ ਸ਼ਹਿਰਾਂ ਨੂੰ ਜਾਂਦੇ ਆ। ਅਤੇ ਇਹ ਦੋਸਤੋ, ਇਹਨਾਂ ਨਾਲ ਡਾਇਰੈਕਟ ਗੱਲ ਕਰੋਗੇ ਤਾਂ ਤੁਹਾਨੂੰ ਹੋਰ ਵੀ ਸਸਤੇ ਮਿਲਣਗੇ। ਅਤੇ ਇਹ ਮੈਂ ਇਸ ਵਾਸਤੇ ਨੰਬਰ ਵੀ ਦੇ ਦਿੱਤਾ, ਨਾਂ ਵੀ ਉਹਦਾ ਦੇ ਦਿੱਤਾ, ਬਾਕੀ ਡਰੈਸ ਵੀ ਮੈਂ ਥੰਬਨੇਲ ਦੇ ਵਿੱਚ ਦਿੱਤਾ ਹੋਇਆ, ਉਹ ਵੀ ਤੁਸੀਂ ਪੜ੍ਹ ਸਕਦੇ ਹੋ। ਪੜ੍ਹ ਕੇ ਆਪਣਾ ਤੁਸੀਂ ਫਾਇਦਾ, ਹੁਣ ਬੂਟੇ ਲਾਉਣ ਦਾ ਮੌਸਮ ਆ, ਬੂਟੇ ਹੁਣ ਲਾਓ। ਥੋੜ੍ਹੇ ਬਹੁਤੇ ਜਿਹਨਾਂ ਨੇ ਨਹੀਂ ਵੀ ਲਾਉਣੇ ਉਹ ਵੀ ਲਾਓ, ਕਿਉਂਕਿ ਇੰਨਾ ਮਹਿੰਗਾ ਬੂਟਾ ਹੈ ਨਹੀਂ ਕੋਈ ਵੀ, ਕਿਨੂਆਂ ਦਾ ਬੂਟਾ, ਅਮਰੂਦਾਂ ਦਾ ਬੂਟਾ, ਰੰਗ ਬਿਰੰਗੇ ਬੂਟੇ। ਬਾਕੀ ਤਾਂ ਟੈਲੀਫੋਨ ਨੰਬਰ ਲਿਖਿਆ, ਟੈਲੀਫੋਨ ਨੰਬਰ ਤੋਂ ਕਰੋਗੇ ਤਾਂ ਤੁਹਾਨੂੰ ਆਪੇ ਸਾਰਾ ਕੋਈ ਪਤਾ ਲੱਗ ਜਾਏਗਾ, ਇਹ ਲੋਕੋਲੇ ਵਾਲੀ ਗੱਲ ਹੀ ਕੋਈ ਨਹੀਂ ਹੈਗੀ। ਅਤੇ ਦੋਸਤੋ, ਇਹ ਪੌਦੇ ਲਾਉਣ ਦਾ ਮੌਸਮ ਆ, ਪੌਦੇ ਜ਼ਰੂਰ ਆਪਣੇ ਲਾਓ, ਥੋੜ੍ਹੇ ਬਹੁਤੇ ਖੇਤਾਂ 'ਚ ਪੌਦੇ ਲਾਓ ਜਿਹੜੇ ਦੂਸਰੇ ਨੂੰ ਤੁਹਾਨੂੰ ਫਾਇਦਾ ਦੇਵੇ ਪੌਦਾ, ਉਹ ਲਾਓ। ਜੈਤੂਨ ਦੇ ਪੌਦੇ ਲਾਓ, ਇਹ ਅਮਰੂਦਾਂ ਦੇ ਬੂਟੇ ਲਾਓ, ਅੰਬਾਂ ਦੇ ਬੂਟੇ ਲਾਓ, ਮਾਲਟਿਆਂ ਦੇ ਬੂਟੇ ਲਾਓ, ਇਹ ਪੀਲਕ ਦੇ ਬੂਟੇ ਲਾਓ, ਹੋਰ ਵੀ ਜਿਹੜੇ ਵੀ ਬੂਟੇ ਆ ਇਹ ਸਾਰੇ ਲਾਓ। ਇਹ ਅੱਗੇ ਵੀਡੀਓ ਲਾਜ਼ਮੀ ਸ਼ੇਅਰ ਕਰਿਆ ਕਰੋ।